ਕੁੰਡਾ ਕਰਤੀ ਕਰਨ ਵਾਲੇ ਨੇ ਥਾਣੇ ਦੇ ਅੱਗੇ ਆ ਕੇ ਫਾਇਰਿੰਗ ਕਰਦੇ ਨੇ, ਤਾਂ ਪ੍ਰਸ਼ਾਸਨ ਦਾ ਖੌਫ ਆ ਜਿਹੜਾ ਉਹ ਲੋਕਾਂ ਵਿੱਚ ਕਿਤੇ ਨਾ ਕਿਤੇ ਖਤਮ ਹੁੰਦਾ ਜਾਂਦਾ ਤੇ ਲੋਕਾਂ ਵਿੱਚ ਜਿਹੜਾ ਸਹਿਮ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਜੀ। ਮਨੀਸ਼, ਪੁਲਿਸ ਸਟੇਸ਼ਨ ਦੇ ਬਿਲਕੁਲ ਬਾਹਰ ਗੋਲੀ ਚੱਲੀ ਹੈ, ਤੇ ਦੂਜਾ ਸਵਾਲ ਇਹ ਕਿ ਵਿਧਾਇਕ ਪਹਿਲਾਂ ਤੋਂ ਹੀ ਉੱਥੇ ਘਟਨਾ ਸਥਾਨ ਦੇ ਉੱਤੇ ਮੌਜੂਦ ਸੀ ਜਾਂ ਫਿਰ ਮੌਕੇ ਦੇ ਉੱਤੇ ਜਦੋਂ ਇੱਕ ਧਿਰ ਪਹੁੰਚੀ ਹੈ ਉਹਨਾਂ ਦੇ ਨਾਲ ਆਏ ਸੀ? ਬਿਲਕੁਲ, ਵਿਧਾਇਕ ਉੱਥੇ ਮੌਜੂਦ ਸੀ ਕਿਉਂਕਿ ਕੁਛ ਲੋਕਾਂ ਮੰਡੀ ਵਾਸੀਆਂ ਵੱਲੋਂ ਅਤੇ ਟਰੱਕ ਯੂਨੀਅਨ ਦੇ ਇੱਕ ਧਿਰ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਸੀ, ਉਸ ਕਰਕੇ ਵਿਧਾਇਕ ਨੇ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਹੋਏ ਸਨ, ਉੱਥੇ ਜਿਹੜੀ ਫਾਰਚੂਨਰ ਆਉਂਦੀ ਹੈ, ਫਾਰਚੂਨਰ ਤੇਜ਼ੀ ਨਾਲ ਆਉਂਦੀ ਹੈ ਤੇ ਇੱਕ ਹਵਾਈ ਫੈਰ ਕਰਕੇ ਚਲੀ ਜਾਂਦੀ ਹੈਗੀ ਅਸੀਂ। ਮਨੀਸ਼, ਫਾਇਰ ਕਿਉਂ ਕੀਤਾ ਗਿਆ, ਖਾਸ ਤੌਰ ਦੇ ਉੱਤੇ ਪੂਰਾ ਮਾਮਲਾ ਜ਼ਰੂਰ ਦੱਸੋ ਕਿ ਇਹ ਪੂਰਾ ਮਾਮਲਾ ਕੀ ਹੈ, ਦੋਵੇਂ ਧਿਰਾਂ ਕੌਣ ਸਨ, ਕਿਸ ਦੇ ਨਾਲ ਸੰਬੰਧਿਤ ਸਨ ਤੇ ਗੋਲੀ ਚਲਾਉਣ ਤੱਕ ਦੀ ਨੌਬਤ ਕਿਉਂ ਆਈ ਹੈ? ਬਿਲਕੁਲ, ਦੋਵੇਂ ਧਿਰਾਂ ਜਿਹੜੀਆਂ ਟਰੱਕ ਯੂਨੀਅਨ ਨੂੰ ਲੈ ਕੇ ਆਪ ਤੇ ਦੋਵੇਂ ਧਿਰਾਂ ਦਾ ਤਕਰਾਰ ਕਰ ਰਿਹਾ ਸੀ, ਇੱਕ ਧਿਰ ਜਿਸ ਧਿਰ ਵੱਲੋਂ ਫਾਇਰ ਕੀਤਾ ਗਿਆ ਉਸ ਧਿਰ ਵੱਲੋਂ ਦੂਜੀ ਧਿਰ ਦੇ ਧਿਰ ਨੂੰ ਰਾਤ ਗਾਲੀ ਗਲੋਚ ਕੀਤਾ ਗਿਆ, ਇਸ ਕਰਕੇ ਜਿਹੜੀ ਦੂਜੀ ਧਿਰ ਹੈ ਜੋ ਥਾਣੇ ਮੂਹਰੇ ਧਰਨਾ ਦੇ ਰਹੀ ਸੀ, ਮੰਡੀ ਵਾਸੀ ਥਾਣੇ ਮੂਹਰੇ ਧਰਨਾ ਦੇ ਰਹੀ ਸੀ, ਉਹਨਾਂ ਨੇ ਮੰਗ ਕੀਤੀ ਸੀ ਜਿਨ੍ਹਾਂ ਨੇ ਰਾਤ ਉਹਨਾਂ ਨਾਲ ਗਾਲੀ ਗਲੋਚ ਕੀਤਾ ਜਿਸ ਧਿਰ ਨੇ, ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਵੇ, ਮਾਮਲਾ ਦਰਜ ਹੋਵੇ। ਇਸ ਨੂੰ ਲੈ ਕੇ ਉੱਥੇ ਇੱਕ ਧਿਰ ਆ ਜਿਹੜੀ ਟਰੱਕ ਯੂਨੀਅਨ ਦੀ ਉਹ ਇਕੱਠੀ ਹੋਈ ਹੋਈ ਸੀ ਥਾਣੇ ਦੇ ਅੱਗੇ, ਨਾਲ ਮੰਡੀ ਵਾਸੀ ਵੀ ਉਹਨਾਂ ਦੇ ਸਮਰਥਨ ਦੇ ਉੱਤੇ ਹੋਏ ਸੀਗੇ। ਜੀ, ਇਸ ਵਕਤ ਵਿਧਾਇਕ ਜਗਸੀਰ ਸਿੰਘ ਦੇ ਪੀਏ ਫੋਨ ਲਾਈਨ ਦੇ ਉੱਤੇ ਮੌਜੂਦ ਨੇ, ਉਹਨਾਂ ਦਾ ਵੀ ਜਿਹੜਾ ਪ੍ਰਤੀਕਰਮ ਹੈ ਉਹ ਜਾਣ ਲੈਂਦੇ ਹਾਂ। ਤਾਂ ਖਾਸ ਤੌਰ ਦੇ ਉੱਤੇ ਇਹ ਪੂਰਾ ਘਟਨਾਕ੍ਰਮ ਕੀ ਵਾਪਰਿਆ, ਕਿਸ ਤਰੀਕੇ ਦੇ ਨਾਲ ਵਿਧਾਇਕ ਜਗਸੀਰ ਸਿੰਘ ਉਸ ਵਕਤ ਕਿਵੇਂ ਮੌਜੂਦ ਸੀ ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ? ਸਰ, ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਮੈਂ ਅੰਮ੍ਰਿਤਸਰ ਤੋਂ ਪੀਏ ਗੱਲ ਕਰ ਰਿਹਾ ਤੇ ਰਾਤ ਨਾ ਕੋਈ ਇਹਨਾਂ ਟਰੱਕ ਦਾ ਕੋਈ ਮਸਲਾ ਸੀਗਾ, ਰਾਤ ਜਿਹੜੇ ਐਂਟੀ ਪਾਰਟੀ ਸੀਗੇ ਮਤਲਬ ਕਿ ਹੋਰ ਸ਼ਰਾਰਤੀ ਅਨਸਰ ਕਹਿ ਸਕਦੇ ਆਪਾਂ ਨੂੰ, ਉਹ ਰਾਤ ਗੇੜੇ ਦੇ ਰਹੇ ਸੀਗੇ ਇੱਥੇ, ਕੋਈ ਮੰਡੀ ਨੂੰ ਗਾਲਾ ਗੁਲਾ ਦੇ ਕੇ ਗਏ ਹੈਗੇ ਸਾਰਿਆਂ ਨੂੰ, ਤੇ ਉਹ ਬਹਿ ਗਏ ਉੱਥੇ ਮਤਲਬ ਕਿ ਦਰਖਾਸਤ ਦੇ ਕੇ ਚੌਂਕੀ 'ਚ, ਉਹਨਾਂ ਨੇ ਕੋਈ ਗੱਲ ਨਹੀਂ ਸੁਣੀ, ਐਸ ਐਚ ਓ ਨਾਲ ਵੀ ਗੱਲ ਕੀਤੀ, ਉਹਨੇ ਵੀ ਕੋਈ ਗੱਲ ਨਹੀਂ ਸੁਣੀ ਵੀ ਇਹਨਾਂ ਦੀ ਮੰਡੀ ਵਾਲਿਆਂ ਦੀ, ਉਹ ਕਹਿੰਦੇ ਸ਼ਰੇਆਮ ਪਸਤੌਲਾਂ ਲੈ ਕੇ ਘੁੰਮ ਰਹੇ ਹੈਗੇ ਲੋਕ ਮੰਡੀ 'ਚ, ਸੌਣ ਜਾਣ ਤਾਂ ਲੱਗਿਆ, ਪਿਸਟਲ ਵਗੈਰਾ ਜਮ੍ਹਾਂ ਨਹੀਂ ਕਰਵਾਈ ਇਹਨਾਂ ਚੌਂਕੀ ਵਾਲਿਆਂ ਨੇ, ਤੇ ਉਹ ਦਰਖਾਸਤ ਦੇ ਕੇ ਗਏ ਕਿ ਇੱਥੇ ਸੁਬਹਾ ਉਹਨਾਂ ਕੋਲ ਕਾਰਵਾਈ ਨਹੀਂ ਕੀਤੀ ਸੀ ਤੇ ਸੁਬਹਾ ਉਹਨਾਂ ਨੇ ਮੰਡੀ ਵਾਲਿਆਂ ਨੂੰ ਲਾ ਲਿਆ ਧਰਨਾ ਚੌਂਕੀ ਦੇ ਬਾਹਰ, ਪੁੱਛੋ ਜੀ। ਚੌਂਕੀ ਦੇ ਬਾਅਦ ਧਰਨਾ ਲੱਗਣ ਤੋਂ ਬਾਅਦ ਫਿਰ ਐਮ ਐਲ ਸਾਹਿਬ ਹੁਣ ਇੱਕ ਨੁਮਾਇੰਦੇ ਹੋਣ ਦੇ ਤੌਰ ਤੇ ਉੱਥੇ ਹਾਲ ਚਾਲ ਜਾਣਨ ਆਏ, ਉਹਨਾਂ ਦਾ ਹਾਲ ਚਾਲ ਪੁੱਛਣਾ ਹੀ, ਕਹਿੰਦੀ ਅਸੀਂ ਤੁਹਾਡੇ ਨਾਲ ਆਏਗੇ ਮੰਡੀ ਵਾਸੀਆਂ ਦੇ, ਅਸੀਂ ਇਹਦਾ ਕੁਛ ਨਹੀਂ ਹੋਣ ਦਿਆਂਗੇ ਮੰਡੀ 'ਚ, ਇਹਨਾਂ ਨੂੰ ਗੱਲ ਕਰ ਰਹੇ ਸੀ ਕਿ ਇੱਥੋਂ ਤੇਜ਼ ਗੱਡੀ ਆਈਗੀ ਜਿਸ 5 ਜਣੇ ਸਵਾਰ ਸੀਗੇ ਗੱਡੀ 'ਚ, ਤੇ ਉਹਨਾਂ ਨੇ ਐਮ ਐਲ ਸਾਹਿਬ ਦੇ ਸਿੱਧੀ ਕਰਤੀ ਗੱਡੀ ਜਮਾਂ ਸਪੈਸ਼ਲ ਐਮ ਐਲ ਸਾਹਿਬ ਤੇ ਉਹਨਾਂ ਦੇ ਕੰਨੀ ਪੂਰੀ ਤੇਜ਼, ਜਿੰਨੀ ਤੇਜ਼ ਹੈ ਉਹਨੀ ਤੇਜ਼ ਗੱਡੀ ਐਮ ਐਲ ਸਾਹਿਬ ਨੇ ਕਰਤੀ ਤੇ ਉੱਤਰ ਕੇ ਫਾਇਰਿੰਗ ਕਰਤੀ ਜੀ, ਤੇ 2 ਫੜ ਲਈ, 3 ਭੱਜ ਗਏ ਜੀ। ਪਰ ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਕਿ ਹਾਂਜੀ, ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਤਾਂ ਵਿਧਾਇਕ ਉੱਥੇ ਮੌਜੂਦ ਸੀ, ਤੁਹਾਨੂੰ ਕਿਸ ਦੇ ਉੱਤੇ ਸ਼ੱਕ ਹੈ ਇਸ ਪੂਰੇ ਘਟਨਾਕ੍ਰਮ ਦੇ ਲਈ? ਸਰ, ਵਿਧਾਇਕ ਸਾਹਿਬ ਆਪ ਉੱਥੇ ਸੀਗੇ ਜੀ, ਉਹਨਾਂ ਦਾ ਹਾਲ ਚਾਲ ਜਾਣਨ ਗਏ ਸੀਗੇ ਮੰਡੀ ਦੇ ਧਰਨੇ ਵਾਲੇ ਬੈਠੇ ਸੀ ਵੀ ਕੀ ਗੱਲ ਹੋਈ ਹੈ ਜੀ, ਉਹਨਾਂ ਨੂੰ ਆਸਵਾਸਨ ਦੇ ਰਹੇ ਸੀ ਤੁਹਾਡੇ ਨਾਲ ਹੈ, ਕੋਈ ਵੀ ਇਸ ਤਰ੍ਹਾਂ ਦਾ ਗਲਤ ਕੰਮ ਨਹੀਂ ਹੋ ਦਿੱਤਾ ਮੰਡੀ 'ਚ, ਤੇ ਜਿਵੇਂ ਉਹ ਹਥਿਆਰ ਵਗੈਰਾ ਲੈ ਕੇ ਘੁੰਮੇ ਸੀ ਰਾਤ ਨੂੰ। ਗੋਲੀ ਚਲਾਉਣ ਵਾਲਿਆਂ ਤੇ ਤੁਹਾਨੂੰ ਸ਼ੱਕ ਹੈ ਵੀ ਕਿਸੇ ਹੋਰ ਧਿਰ ਦੇ ਨਾਲ ਉਹ ਜੁੜੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ ਹੈ? ਜੀ, ਉਹ ਆਪਾਂ ਰਵਾਇਤੀ ਪਾਰਟੀ ਨਾਲ ਹੈਗੀ ਜਿਹੜੇ ਆਪਣੇ, ਕਿਉਂਕਿ ਹੁਣ ਤੁਹਾਨੂੰ ਪਤਾ ਇਲੈਕਸ਼ਨ ਦਾ ਟਾਈਮ ਹੈ ਜੀ, ਉਹ ਇੰਨੇ ਕੁ ਬਖਲਾਈ ਪਈ ਹੈਗੀ ਉਹ ਐਂਟੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਦੇਖ ਕੇ, ਜੋ ਕੋਈ ਨਾ ਕੋਈ ਕਰਕੇ ਇਸ ਤਰ੍ਹਾਂ ਕਰ ਕੇ ਆਮ ਆਦਮੀ ਪਾਰਟੀ ਨੂੰ ਫੇਲ ਕਰੀਏ। ਖਾਸ ਤੌਰ ਦੇ ਉੱਤੇ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਘਟਨਾ ਵਾਪਰੀ ਹੈ, ਕਿ ਤੁਹਾਨੂੰ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਨਾਲ ਇਸ ਘਟਨਾ ਦਾ ਕੋਈ ਲਿੰਕ ਹੈ, ਤੇ ਖਾਸ ਤੌਰ ਦੇ ਉੱਤੇ ਵਿਧਾਇਕ ਜਗਸੀਰ ਸਿੰਘ ਕਿਵੇਂ ਨੇ ਫਿਲਹਾਲ?
ਐਮਐਸ ਸਾਹਿਬ ਜੀ ਕਾਫੀ ਮਤਲਬ ਕਿ ਘਬਰਾਹਟ ਚ ਹੈਗੇ, ਉਹਨਾਂ ਦਵਾਈ ਵਗੈਰਾ ਦੇ ਕੇ ਡਾਕਟਰਾਂ ਨੇ ਪਾਇਆ ਹੈਗਾ, ਹਾਲਾਂਕਿ ਮੇਰੀ ਵੀ ਥੋੜੀ ਬਾਂਹ ਤੇ ਇੰਜਰੀ ਹੋਈ ਹੈਗੀ, ਬਾਂਹ ਤੇ ਹੱਥ ਤੇ ਐਮਐਸ ਸਾਹਿਬ ਨੂੰ ਕਵਰ ਕਰਦੇ ਹੋਏਗੇ, ਸਾਨੂੰ ਸਾਡੇ ਗੰਨਮੈਨ ਸੀਗੇ ਨਾਲ, ਤੇ ਚੌਂਕੀ ਦੇ ਬਾਹਰ ਹੀ ਹੋਇਆ ਸਾਰੀ ਇਹ ਘਟਨਾ ਜੀ, ਪੁਲਿਸ ਚੌਂਕੀ ਦੇ ਬਾਹਰ। ਜਦੋਂ ਇਹ ਇਹ ਪੂਰੀ ਇਹ ਫਾਇਰ ਹੋਏ ਆ, ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ, ਕਿੰਨੇ ਫਾਇਰ ਹੋਏ ਨੇ ਇਹ ਜਦੋਂ ਮੁਲਜ਼ਮਾਂ ਦੇ ਵੱਲੋਂ ਫਾਇਰ ਕੀਤੇ ਗਏ ਨੇ? ਵਿਧਾਇਕ ਜਗਸੀਰ ਸਿੰਘ ਮੌਜੂਦ ਨੇ ਇਸ ਵਕਤ? ਨਹੀਂ ਜੀ, ਉਹ ਹੈਗੇ ਪਰ ਉਹ ਰੈਸਟ ਕਰ ਰਹੇ ਹੈ, ਕਿਉਂਕਿ ਦਵਾਈ ਵਗੈਰਾ ਦਿੱਤੀ ਹੈ ਜੀ ਉਹਨਾਂ ਨੂੰ, ਕਿਉਂਕਿ ਨਾ ਡੈਲ ਪਏ ਆ ਨਾ, ਜਦੋਂ ਪਹਿਲੀ ਵਾਰ ਹੋਇਆ ਜੀ ਸਭ ਕੁਛ, ਉਹਨਾਂ ਕਨੇ ਦੇਖੇ ਇਸ ਤਰ੍ਹਾਂ ਦੇਖੇ ਨੀ, ਆਪਣਾ ਆਮ ਆਦਮੀ ਪਾਰਟੀ ਹੈ ਜੋ ਸ਼੍ਰੀ ਪਾਰਟੀ ਹੈ, ਇਹਦੇ ਕਰਕੇ ਕੁਛ ਹੋਇਆ ਨਹੀਂ ਸੀਗਾ, ਪਹਿਲੀ ਵਾਰ ਹੋਇਆ ਸਭ ਕੁਛ। ਅੱਛਾ, ਵਿਧਾਇਕ ਸਾਹਿਬ ਨੂੰ ਹੋਇਆ ਕੀ ਐਗਜ਼ੈਕਟ, ਕਿਸ ਚੀਜ਼ ਦੀ ਦਵਾਈ ਉਹਨਾਂ ਨੂੰ ਦਿੱਤੀ ਗਈ ਹੈ? ਇਹਨਾਂ ਲੱਗੇ ਜਿਵੇਂ ਆਪਾਂ ਘਬਰਾਹਟ ਵਗੈਰਾ ਹੋ ਜਾਂਦੀ ਹੈ ਜੀ, ਦੇਖ ਕੇ ਆਪਾਂ ਡਹਿਲ ਜਾਂਦੇ ਹੈਗੇ ਮਨ। ਅੱਛਾ, ਕਿਹੜੇ ਹਸਪਤਾਲ ਦੇ ਵਿੱਚ ਉਹ ਐਡਮਿਟ ਨੇ? ਐਸਐਮਯੂ ਹਸਪਤਾਲ ਦੇ ਅੰਦਰ ਉਹ ਬੈਠੇ ਹੈਗੇ ਆਪਣੇ, ਮਤਲਬ ਕਿ ਉੱਥੇ ਹੀ ਹੈਗੀ ਮੰਡੀ, ਉੱਥੇ ਬਿਠਾਇਆ ਗਿਆ ਮੇਰੇ ਸਾਹਿਬ ਨੂੰ। ਤੇ ਤੁਸੀਂ ਇਸ ਵਕਤ ਉਹਨਾਂ ਦੇ ਨਾਲ ਹੋ ਜੀ? ਹਾਂਜੀ, ਮੈਂ ਬਾਹਰ ਹਾਂ ਜੀ, ਮੇਰੇ ਥੋੜੀ ਮੇਰੇ ਆਪਦੇ ਬਾਂਹ ਤੇ ਹੈਗੀ, ਤੇ ਮੈਂ ਥੋੜੀ ਕਰਵਾ ਕੇ ਆਇਆ ਮੈਂ ਮੱਠੇ ਵਗੈਰਾ। ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਵੇਖ ਰਹੇ ਹੋ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਸ ਵਕਤ ਵਿਧਾਇਕ ਜਗਸੀਰ ਸਿੰਘ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਇਹ ਪੂਰਾ ਘਟਨਾਕ੍ਰਮ ਵਾਪਰਦਾ ਹੈ, ਪੁਲਿਸ ਥਾਣੇ ਦੇ ਬਾਹਰ ਇਹ ਗੋਲੀਆਂ ਚਲਾਈਆਂ ਗਈਆਂ, ਤੁਹਾਨੂੰ ਫਿਲਹਾਲ ਕਿਸ ਦੇ ਉੱਤੇ ਇਸ ਪੂਰੇ ਘਟਨਾਕ੍ਰਮ ਦੇ ਲਈ ਸ਼ੱਕ ਲੱਗ ਰਿਹਾ? ਕਿਉਂਕਿ ਦੇਖੋ ਜੀ, ਹੁਣ ਤੁਹਾਨੂੰ ਪਤਾ ਹੀ ਹੈਗਾ ਰਵਾਇਤੀ ਪਾਰਟੀਆਂ ਨਾਲ ਇਹ ਚਲਾਈਆਂ ਗਈਆਂ, ਕਿਉਂਕਿ ਡਰੇ ਪਏ ਹੈਗੇ ਲੋਕ ਸਭਾ ਚੋਣਾਂ ਨੂੰ ਲੈ ਕੇ, ਆਮ ਆਦਮੀ ਪਾਰਟੀ ਜਿੱਤ ਲਈ ਜਾਵੇ ਕਿਤੇ ਜੀ। ਇਸ ਘਟਨਾ ਬਾਰੇ ਵੀ ਜਿਹੜੇ ਸਵਾਲ ਨੇ ਉਹ ਵੀ ਉੱਠ ਰਹੇ ਨੇ ਕਿ ਇਹ ਘਟਨਾ ਜਿਹੜੀ ਹੈ ਉਹ ਮਨ ਘੜਤਾ ਹੈ, ਫੇਕ ਹੈ ਘਟਨਾ ਅਜਿਹੀ, ਅਜਿਹਾ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ? ਨਹੀਂ ਸਰ, ਇਹ ਜੀ ਕਿਹੜੀ ਕਿਹੜਾ ਕੋਈ ਚਾਹੁੰਦਾ ਹੋਗਾ ਕਿ ਆਪਦੇ ਫਾਇਰਿੰਗ ਵਾਈ ਆਪਦੇ ਥਰੂ ਕਰਵਾਏ, ਦੱਸੋ ਆਪਾਂ ਆਪ ਚਾਹਾਂਗੇ ਜੀ, ਜਾਂ ਤੁਸੀਂ ਆਪ ਚਾਹੋਗੇ ਕਿ ਸਾਡੇ ਕੋਈ ਫਾਇਰ ਕਰੇ ਆ ਕੇ ਜੀ? ਸਾਰੀ ਸੀਸੀਟੀਵੀ ਕੈਮਰੇ 'ਚ ਮੌਜੂਦ ਹੈ ਜੀ, ਚੌਂਕੀ ਦੇ ਜੀ। ਬਹੁਤ ਬਹੁਤ ਧੰਨਵਾਦ, ਗੱਡੀ ਚੜਾਉਣ ਦਾ ਤੇ ਉਹਨਾਂ ਫਾਇਰਿੰਗ ਕਰਨ ਦਾ, ਦੇਖੋ ਤੁਸੀਂ ਜਦੋਂ ਇੱਕ ਵਧਾਇਕ ਲੋਕਾਂ ਨੇ ਕੀ ਹਾਲ ਲੋਕ, ਫਿਰ ਤੁਹਾਨੂੰ ਲੱਗਦਾ ਕਿ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਨਹੀਂ ਨਹੀਂ ਜੀ, ਸਰਕਾਰ ਵਧੀਆ ਜ਼ਿਕਰ ਕਰ ਕੰਮ ਕਰ ਰਹੀ ਹੈਗੀ, ਪਰ ਜਿਹੜੇ ਲੋਕ ਗੁੰਡੇ ਅੰਸਰ ਹੈਗੇ ਉਹਨਾਂ ਦੇ ਹੌਸਲੇ ਰਵਾਇਤੀ ਪਾਰਟੀ ਨੂੰ ਲੈ ਕੇ ਇੰਨੇ ਵੱਧ ਚੁੱਕੇ ਹੈਗੇ ਜੀ। ਬਹੁਤ ਬਹੁਤ ਧੰਨਵਾਦ ਆਪਣੇ ਜੁੜਨ ਦੇ ਲਈ, ਵਿਚਾਰ ਰੱਖਣ ਦੇ ਲਈ। ਤਾਂ ਖਾਸ ਤੌਰ ਦੇ ਉੱਤੇ ਵਿਧਾਇਕ ਜਗਸੀਰ ਸਿੰਘ ਦੇ ਪੀਏ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਫੋਰਚੂਨਰ ਗੱਡੀ ਦੇ ਵਿੱਚ ਕੁਝ ਲੋਕ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਗਈ, ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਥਾਣੇ ਬਾਹਰ ਵਿਧਾਇਕ ਜਗਸੀਰ ਸਿੰਘ ਮੌਜੂਦ ਸਨ, ਤਾਂ ਖਾਸ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਹ ਜ਼ੇਰੇ ਇਲਾਜ ਨੇ, 3 ਰਾਊਂਡ ਫਾਇਰਿੰਗ ਹੋਈ ਹੈ। ਵਿਧਾਇਕ ਦੇ ਪੀਏ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਥਾਣੇ ਦੇ ਬਾਹਰ 3 ਰਾਊਂਡ ਫਾਇਰਿੰਗ ਕਰਕੇ ਇਹ ਮੁਲਜ਼ਮ ਫਰਾਰ ਹੋਏ ਨੇ। ਵਿਧਾਇਕ 'ਤੇ ਹਮਲਾ ਨਹੀਂ ਹੋਇਆ, ਪੁਲਿਸ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਵਿਧਾਇਕ ਦੇ ਉੱਤੇ ਕੋਈ ਵੀ ਹਮਲਾ ਨਹੀਂ ਹੋਇਆ, ਵਿਧਾਇਕ ਸਿਰਫ ਧਰਨਾਕਾਰੀਆਂ ਦੀ ਗੱਲ ਸੁਣਨ ਦੇ ਲਈ ਪਹੁੰਚੇ ਹੋਏ ਸਨ। ਤਾਂ ਗੋਲੀ ਚਲਾਉਣ ਵਾਲਿਆਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਤਾਂ ਥਾਣੇ ਦੇ ਬਾਹਰ ਇਹ ਪੂਰਾ ਘਟਨਾਕ੍ਰਮ ਅੰਜਾਮ ਦਿੱਤਾ ਗਿਆ। ਵਿਧਾਇਕ 'ਤੇ ਗੋਲੀ ਚੱਲਣ ਦੀ ਖਬਰ ਝੂਠੀ ਹੈ। ਪੁਲਿਸ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਵਿਧਾਇਕ ਦੇ ਉੱਤੇ ਹਮਲੇ ਦੀ ਖਬਰ ਬਿਲਕੁਲ ਝੂਠੀ ਹੈ। ਵਿਧਾਇਕ ਦੀ ਮੌਜੂਦਗੀ ਦੇ ਵਿੱਚ ਗੋਲੀ ਚੱਲੀ ਹੈ ਤਾਂ ਮੇਰੇ ਸਹਿਯੋਗੀ ਮਨੀਸ਼ ਗਰਗ ਜਿਹੜੇ ਨੇ ਉਹ ਜੁੜੇ ਹੋਏ ਨੇ। ਤਾਂ ਮਨੀਸ਼, ਜਿਸ ਤਰੀਕੇ ਦੇ ਨਾਲ ਪੁਲਿਸ ਦਾ ਇੱਕ ਰਿਐਕਸ਼ਨ ਹੈ ਕਿ ਇਹ ਪੂਰੀ ਜਿਹੜੀ ਖਬਰ ਹੈ ਉਹ ਝੂਠੀ ਹੈ, ਕੋਈ ਹਮਲਾ ਵਿਧਾਇਕ ਦੇ ਉੱਤੇ ਨਹੀਂ ਹੋਇਆ, ਤਾਂ ਦੂਜੇ ਪਾਸੇ ਵਿਧਾਇਕ ਦੇ PA ਜ਼ਿਕਰ ਕਰ ਰਹੇ ਨੇ ਕਿ ਇਹ ਹਮਲਾ ਕੀਤਾ ਗਿਆ ਫੋਰਚੂਨਰ ਦੇ ਵਿੱਚ ਸਵਾਰ ਹੋ ਕੇ, ਜਿਹੜੇ 3 ਰਾਊਂਡ ਫਾਇਰ ਚਲਾਏ ਗਏ ਨੇ। ਤਾਂ DSP ਦੇ ਵੱਲੋਂ, ਪੁਲਿਸ ਦੇ DSP ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਵਿਧਾਇਕ ਦੇ ਉੱਤੇ ਹਮਲਾ ਨਹੀਂ ਹੋਇਆ। ਇਹ ਖਬਰ ਬਿਲਕੁਲ ਜਿਹੜੀ ਨਿਰਾਧਾਰ ਹੈ, ਇਲਜ਼ਾਮ ਨਿਰਾਧਾਰ ਹੈ। ਤਾਂ ਖਾਸ ਤੌਰ ਦੇ ਉੱਤੇ ਪੁਲਿਸ ਦੇ ਵੱਲੋਂ ਇਹ ਪ੍ਰਤੀਕਰਮ ਦਿੱਤਾ ਗਿਆ, ਬਿਆਨ ਜਾਰੀ ਕੀਤਾ ਹੈ ਪੁਲਿਸ ਦੇ ਵੱਲੋਂ, DSP ਦੇ ਵੱਲੋਂ, ਕਿ ਵਿਧਾਇਕ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ। ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਵਿਧਾਇਕ ਦੇ ਉੱਤੇ ਹਮਲਾ ਹੋਇਆ, ਜਦੋਂ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਹੋਈ। ਹਾਲਾਂਕਿ ਗੋਲੀ ਚੱਲੀ ਹੈ ਥਾਣੇ ਦੇ ਬਾਹਰ, ਪਰ ਵਿਧਾਇਕ ਦੇ ਉੱਤੇ ਕੋਈ ਵੀ ਹਮਲਾ ਨਹੀਂ ਹੋਇਆ। ਤਾਂ 3 ਰਾਊਂਡ ਫਾਇਰ ਕੀਤੇ ਗਏ ਨੇ। ਵਿਧਾਇਕ ਜਗਸੀਰ ਦੇ PA ਦੇ ਵੱਲੋਂ ਇਹ ਦਾਅਵਾ ਕੀਤਾ ਗਿਆ। ਤਾਂ ਖਾਸ ਤੌਰ ਦੇ ਉੱਤੇ ਵਿਧਾਇਕ ਦੇ PA ਦੇ ਵੱਲੋਂ ਇਹ ਦਾਅਵਾ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਵਿਧਾਇਕ 'ਤੇ ਹਮਲਾ ਹੋਣ ਦੀ ਖਬਰ ਬਿਲਕੁਲ ਝੂਠੀ ਹੈ। ਤਾਂ ਮਨੀਸ਼ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ। ਤਾਂ ਮਨੀਸ਼, ਜਿਸ ਤਰੀਕੇ ਦੇ ਨਾਲ ਇਹ ਜ਼ਿਕਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ, ਤਾਂ ਇੱਕ ਪਾਸੇ ਵਿਧਾਇਕ ਦੇ PA ਦਾ ਜ਼ਿਕਰ ਹੈ ਕਿ 3 ਰਾਊਂਡ ਫਾਇਰ ਕੀਤੇ ਗਏ ਨੇ ਥਾਣੇ ਦੇ ਬਾਹਰ, ਤਾਂ ਦੂਜੇ ਪਾਸੇ ਪੁਲਿਸ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਵਿਧਾਇਕ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ ਗਿਆ। ਬਿਲਕੁਲ, ਜਿਹੜਾ ਮਾਮਲਾ ਹੈ, ਕਿਉਂਕਿ ਉੱਥੇ ਵਿਧਾਇਕ ਨੇ ਜਿਹੜੇ ਉਹ ਮਾਮਲੇ ਨੂੰ ਹੱਲ ਕਰਨ ਲਈ ਪੁੱਜੇ ਸੀ, ਕਿਉਂਕਿ ਦੋ ਧਿਰਾਂ ਦੇ ਵਿੱਚ ਜਿਹੜੀ ਟਰੱਕ ਯੂਨੀਅਨ ਦੇ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਹੈ, ਫਾਇਰਿੰਗ ਕਰਨ ਵਾਲੇ ਨੇ ਜਿਹੜੇ ਉਹ ਦੂਜੀ ਧਿਰ ਸੀ। ਜਦੋਂ ਇੱਕ ਧਿਰ ਵੱਲੋਂ ਥਾਣੇ ਦੇ ਅੱਗੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਤਾਂ ਦੂਜੀ ਧਿਰ ਜਿਹੜੀ ਫੋਰਚੂਨਰ 'ਤੇ ਆਉਂਦੀ ਹੈ, ਤਾਂ ਉਹ 3 ਰਾਊਂਡ ਫਾਇਰ ਕਰਕੇ ਜਾਂਦੀ ਹੈ। ਪਰ ਉਸ ਸਮੇਂ ਵਿਧਾਇਕ ਜਗਸੀਰ ਸਿੰਘ ਨੇ ਜਿਹੜੇ ਹਲਕਾ ਭੁੱਚੋ ਦੇ ਉਹ ਵੀ ਉੱਥੇ ਮੌਜੂਦ ਸਨ। ਇਹ ਘਟਨਾ ਨੂੰ ਲੈ ਕੇ ਕਿਤੇ ਨਾ ਕਿਤੇ ਇਲਾਕੇ ਵਿੱਚ ਸਹਿਮ ਦਾ ਮਾਹੌਲ। ਮਨੀਸ਼, ਤੁਸੀਂ ਬਣੇ ਰਹੋ, ਤੁਹਾਡੇ ਕੋਲੋਂ ਵੀ ਅਪਡੇਟ ਲਵਾਂਗੇ, ਤੁਸੀਂ ਬਣੇ ਰਹੋ। ਪਹਿਲਾਂ ਇਸ ਮਾਮਲੇ ਸੰਬੰਧੀ ਬਿਆਨ ਸੁਣਾ ਦਿੰਦੇ ਹਾਂ। ਇਹ ਮੈਂ ਜਿਹੜੀ ਵੀਡੀਓ ਹੈਗੀ ਹੈ, ਜਿਹੜਾ ਇੰਸੀਡੈਂਟ ਅੱਜ ਸਵੇਰੇ ਭੁੱਚੋ ਮੰਡੀ ਦੇ ਵਿੱਚ ਹੋਇਆ, ਉਹਦੀ ਕਲੈਰੀਫਿਕੇਸ਼ਨ ਵਾਸਤੇ ਬਣਾਈ ਜਾ ਰਹੀ ਹੈ ਜੀ। ਅੱਜ ਹੋਇਆ ਇਹ ਹੈ ਕਿ ਜਿਹੜੇ ਅਕਿਊਜ਼ਡ ਹੈਗੇ ਨੇ 4, ਅਤੇ ਇਹਨਾਂ ਦੀ ਜਿਹੜੀ ਮੰਡੀ ਦੇ ਲੋਕ ਹੈਗੇ ਆ, ਉਹਨਾਂ ਦੀ ਆਪਸ 'ਚ ਕੋਈ ਤਕਰਾਰਬਾਜ਼ੀ ਸੀਗੀ, ਪ੍ਰੋਬਲਮ ਸੀਗੀ, ਜੋ ਇਹਨਾਂ ਨੇ ਆਪਸ ਦੇ ਵਿੱਚ, ਇਹਨਾਂ ਦੀ ਕੱਲ੍ਹ ਰਾਤ ਨੂੰ ਕੋਈ ਕਾਹ ਸੁਣੀ ਹੋਈ ਸੀਗੀ। ਉਸ ਸੰਬੰਧ ਵਿੱਚ ਜਿਹੜੇ ਮੰਡੀ ਵਾਸੀ ਹੈਗੇ ਆ, ਉਹ ਆਪਣੀ ਜਿਹੜੀ ਹੈ ਵਰਜਨ ਹੈਗੀ ਹੈ, ਕੰਪਲੇਂਟ ਹੈਗੀ ਹੈ, ਉਹ ਚੌਂਕੀ ਦਿਖਾਉਣ ਆਏ ਸੀਗੇ। ਜੋ ਇਹ ਅਕਿਊਜ਼ਡ ਹੈਗੇ ਨੇ, ਇਹ ਉਹਨਾਂ ਦੀ ਆਪਸ ਲਾਗਤਬਾਜ਼ੀ ਕਾਰਨ ਉਹ ਇੱਥੇ ਇਹਨਾਂ ਦੇ ਨਾਲ ਲੜਾਈ ਝਗੜਾ ਕਰਨ ਦੀ ਨੀਤ ਦੇ ਨਾਲ ਆਏ ਸੀਗੇ। ਜੋ ਇਹ ਵਰਜਨ ਚੱਲ ਰਿਹਾ ਹੈਗਾ ਵੀ ਇਹਨਾਂ ਨੇ MLA ਸਾਹਿਬ 'ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਫਾਲਸ ਹੈ। ਅਸਲੀਅਤ ਇਹ ਹੈ ਕਿ MLA ਸਾਹਿਬ ਮੰਡੀ ਵਾਸੀਆਂ ਦੀ ਗੱਲ ਸੁਣਨ ਵਾਸਤੇ ਆਏ ਸੀਗੇ। ਜੋ ਉਹਨਾਂ ਦੀ ਪ੍ਰੈਜੈਂਟਸ ਦੇ ਵਿੱਚ ਜਿਹੜੇ ਅਕਿਊਜ਼ ਹੈਗੇ ਆ, ਜਗਜੀਤ ਸਿੰਘ, ਸੇਵਕ ਸਿੰਘ, ਗੁਰਦਾਸ ਸਿੰਘ, ਅਤੇ ਇਹਨਾਂ ਨੇ ਜਿਹੜਾ ਹੈਗਾ ਇਹ ਆ ਕੇ ਲੜਾਈ ਝਗੜਾ ਕੀਤਾ ਹੈਗਾ, ਅਤੇ ਜਗਜੀਤ ਸਿੰਘ ਨੇ ਜਿਹੜਾ ਆਪਣਾ ਲਾਈਸੈਂਸੀ ਰਿਵੋਲਵਰ ਹੈਗਾ ਉਹਦੇ ਨਾਲ ਫਾਇਰ ਵੀ ਓਪਨ ਕੀਤਾ ਹੈ। ਜੋ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ, FIR ਰਜਿਸਟਰ ਕਰ ਰਹੇ ਹਾਂ, ਅਤੇ ਇਹ ਕਲੈਰੀਫਾਈ ਅਸੀਂ ਕਰਨਾ ਚਾਹੁੰਦੇ ਹਾਂ ਕਿ MLA ਸਾਹਿਬ ਦਾ ਕੋਈ ਇਹਦੇ 'ਚ ਇਨਵੋਲਵਮੈਂਟ ਨਹੀਂ ਸੀ, ਨਾ ਕੋਈ ਉਹਨਾਂ 'ਤੇ ਅਟੈਕ ਕੀਤਾ ਗਿਆ ਹੈਗਾ।
ਤਾਂ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਸੰਬੰਧੀ ਖੁਲਾਸਾ ਕੀਤਾ ਗਿਆ ਕਿ ਵਿਧਾਇਕ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ, ਬਲਕਿ ਤਾਂ DSP ਭੁੱਚੋ ਫੋਨ ਲਾਈਨ ਦੇ ਉੱਤੇ ਮੌਜੂਦ ਨੇ, ਉਹਨਾਂ ਦੇ ਨਾਲ ਰੁੱਖ ਕਰ ਲੈਂਦੇ ਹਾਂ। ਤਾਂ ਖਾਸ ਤੌਰ ਦੇ ਉੱਤੇ DSP ਸਾਹਿਬ, ਇਹ ਪੂਰਾ ਘਟਨਾਕ੍ਰਮ ਕੀ ਹੈ, ਜਿਸ ਤਰੀਕੇ ਦੇ ਨਾਲ ਵਿਧਾਇਕ ਦੇ PA ਦੇ ਵੱਲੋਂ ਤਰਕ ਦਿੱਤੇ ਜਾ ਰਹੇ ਨੇ, ਅਸਲ ਦੇ ਵਿੱਚ ਕੀ ਮਾਮਲਾ ਹੈ? ਅਸਲ 'ਚ ਜੀ ਇਹ ਮੈਟਰ ਇਹ ਹੈਗਾ ਜੀ ਕਿ ਜਿਹੜੇ ਦੋ ਧਿਰਾਂ ਸੀਗੀਆਂ ਇਹਨਾਂ ਦੀ ਆਪਸ 'ਚ ਪਹਿਲਾਂ ਤੋਂ ਹੀ ਪ੍ਰੋਬਲਮ ਚੱਲ ਰਹੀ ਸੀਗੀ ਅਤੇ ਕੱਲ੍ਹ ਰਾਤ ਨੂੰ ਵੀ ਇਹਨਾਂ ਦੀ ਆਪਸ ਦੇ ਵਿੱਚ ਆਲਟਰਕੇਸ਼ਨ ਹੋਈ ਸੀਗੀ। ਇਸ ਸੰਬੰਧੀ ਜਿਹੜੇ ਲੋਕਲ ਭੁੱਚੋ ਮੰਡੀ ਦੇ ਨਿਵਾਸੀ ਹੈਗੇ ਆ ਉਹ ਅੱਜ ਚੌਂਕੀ ਦੇ ਬਾਹਰ ਇਕੱਠੇ ਹੋਏ ਸੀਗੇ ਆਪਣੀ ਕੰਪਲੇਂਟ ਲਿਖਵਾਉਣ ਵਾਸਤੇ। ਜਦੋਂ ਇਹ ਮਤਲਬ ਇਹ ਗੱਲ ਇਹਨਾਂ ਨੇ MLA ਸਾਹਿਬ ਨਾਲ ਵੀ ਸ਼ੇਅਰ ਕੀਤੀ ਹੋਣੀ ਹੈ ਤਾਂ ਉਹ ਆਏ ਸੀਗੇ ਇਹਨਾਂ ਦੀ ਗੱਲਬਾਤ ਸੁਣ। ਜਿਹੜੀ ਦੂਸਰੀ ਪਾਰਟੀ ਸੀਗੀ ਮੀਨਵਾਈਲ ਉਹਨਾਂ ਦੀ ਪਹਿਲੀ ਪਾਰਟੀ ਦੇ ਨਾਲ ਆਲਟਰਕੇਸ਼ਨ ਹੋ ਗਈ, ਉਹਨਾਂ ਨੇ ਉਸ ਚੱਕਰ ਦੇ ਵਿੱਚ ਜਿਹੜੇ ਆ ਫਾਇਰ ਕਰ ਦਿੱਤੇ ਇਨ ਨੋ ਵੇ MLA ਸਾਹਿਬ ਤੇ ਜਾਂ MLA ਸਾਹਿਬ ਦੇ ਵੱਲ ਜਾਂ MLA ਸਾਹਿਬ ਦੀ ਪ੍ਰੈਜੈਂਸ ਬਾਰੇ ਵੀ ਨਹੀਂ ਸੀ ਪਤਾ। ਦੂਸਰੀ ਜਿਹੜੀ ਦੂਸਰੀ ਧਿਰ ਹੈ ਅਕਿਊਜ਼ ਪਾਰਟੀ ਹੈ ਜਿਹੜੀ, ਉਹਨਾਂ ਨੂੰ MLA ਸਾਹਿਬ ਦੀ ਪ੍ਰੈਜੈਂਸ ਬਾਰੇ ਵੀ ਨਹੀਂ ਸੀ ਪਤਾ। ਤਾਂ ਇਹ ਗੱਲ ਬਿਲਕੁਲ ਹੀ ਮਤਲਬ ਗਲਤ ਹੈਗੀ ਹੈ ਕਿ ਉਹਨਾਂ ਤੇ ਅਟੈਕ ਹੋਇਆ ਜੀ। ਪਰ ਜਿਸ ਤਰੀਕੇ ਦੇ ਨਾਲ MLA ਦੇ PA ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਹ ਜ਼ੇਰੇ ਇਲਾਜ ਨੇ, ਹਸਪਤਾਲ ਦੇ ਵਿੱਚ ਐਡਮਿਟ ਨੇ, ਉਸ ਦੀ ਕੀ ਵਜ੍ਹਾ ਹੈ? ਕੌਣ ਹੈ ਜੀ ਹਸਪੀਟਲ 'ਚ ਐਡਮਿਟ? MLA ਵਿਧਾਇਕ ਜਗਸੀਰ ਸਿੰਘ ਦੇ PA ਦੇ ਵੱਲੋਂ ਜ਼ਿਕਰ ਕੀਤਾ ਗਿਆ। ਨਹੀਂ 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 ਇਟ ਇਜ਼ ਨਹੀਂ ਨਹੀਂ ਇਹ ਮੈਂ ਬਿਲਕੁਲ ਤੁਹਾਨੂੰ ਕਲੈਰੀਫਾਈ ਕਰਦਾ, ਇਨ ਨੋ ਆਪਣਾ ਇਨਸਟੈਂਸ ਕੋਈ ਵੀ ਮਤਲਬ ਕਿਸੇ ਤੇ ਵੀ ਇੰਜਰੀ ਨਹੀਂ ਹੋਈ ਹੈਗੀ ਜੀ, ਤੇ ਕੋਈ ਵੀ ਕਿਤੇ ਵੀ ਕਿਸੇ ਵੀ ਹਸਪੀਟਲ 'ਚ ਐਡਮਿਟ ਨਹੀਂ ਹੈਗਾ ਜੀ। DSP ਸਾਹਿਬ, ਕੀ ਤੁਹਾਨੂੰ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਨੇ ਪੁਲਿਸ ਦਾ ਸਖਤ ਪਹਿਰਾ ਹੈ ਉਸ ਦੇ ਵਿੱਚ ਅਜਿਹੀ ਘਟਨਾ ਦਾ ਵਾਪਰਨਾ, ਤੁਹਾਨੂੰ ਲੱਗਦਾ ਹੈ ਕਿ ਸੁਰੱਖਿਆ ਦੇ ਵਿੱਚ ਇੱਕ ਸੇਧ ਮਾਰੀ ਹੋਈ ਹੈ? ਨਹੀਂ ਬਿਲਕੁਲ ਜੀ, ਜਿਹੜੀ ਇਹ ਚੀਜ਼ ਹੈਗੀ ਹੈ ਇੰਸੀਡੈਂਟ ਦੇ ਪਿੱਛੇ ਵਜ੍ਹਾ ਕੀ ਹੈਗੀ ਹੈ ਤੇ ਕਿਹਦੀ ਕਿਹਦੀ ਮਤਲਬ ਜਿਹੜੀ ਹੈਗੀ ਆ ਕਾਰਗੁਜ਼ਾਰੀ ਦੇ ਵਿੱਚ ਪ੍ਰੋਬਲਮ ਕਰਕੇ ਇੰਸੀਡੈਂਟ ਹੋਇਆ, ਵੀ ਵਿਲ ਟੇਕ ਅਪਰੋਪਰੀਏਟ ਐਕਸ਼ਨ। ਕਿੰਨੇ ਫਾਇਰ ਜਿਹੜੇ ਨੇ ਉਹ ਮੁਲਜ਼ਮਾਂ ਦੇ ਵੱਲੋਂ ਕੱਢੇ ਗਏ ਨੇ ਥਾਣੇ ਦੇ ਬਾਹਰ? ਜੋ ਹਜੇ ਫਿਲਹਾਲ ਅਸੀਂ ਦੇਖੀ ਹੈਗੀ ਆ, ਵੀਡੀਓ ਵੀ ਚੈੱਕ ਕੀਤੀ ਹੈਗੀ ਆ, ਪ੍ਰੀਲਿਮਿਨਰੀ ਬਿਆਨ ਹੈ, ਉਹਦੇ ਅਕੋਰਡਿੰਗਲੀ ਇੱਕ ਨੇ ਆ ਕੇ ਫਾਇਰ ਕੱਢਿਆ ਸੀ ਜੋ ਕੰਧ ਦੇ ਵਿੱਚ ਵੀ ਮਤਲਬ ਲੱਗਿਆ ਹੈ। ਕਿਸੇ ਨੂੰ ਟਾਰਗੇਟ ਕਰਕੇ ਫਾਇਰ ਕੱਢਿਆ ਗਿਆ ਜਾਂ ਫਿਰ ਸਿਰਫ ਹਵਾਈ ਫਾਇਰ ਦੇ ਤੌਰ ਦੇ ਉੱਤੇ ਜਾਂ ਡਰਾਉਣ ਦੇ ਲਈ ਇਹ ਫਾਇਰ ਕੀਤਾ? ਨਹੀਂ, ਜਦੋਂ ਇਹ ਪੁਲਿਸ ਦੀ ਸਟੇਟਮੈਂਟ ਹੈਗੀ ਆ ਜੀ ਉਹਦੇ ਵਿੱਚ ਤਾਂ ਇਹੀ ਹੈ ਵੀ ਡਾਇਰੈਕਟ ਕਰਕੇ ਕੀਤਾ, ਬਾਕੀ ਆਪਣੇ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਕਰਾਂਗੇ ਜੀ। DSP ਸਾਹਿਬ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਨਿਸ਼ਾਨੇ ਤੇ ਸੀ, ਕੀ ਵਿਧਾਇਕ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ? ਨਹੀਂ ਜੀ, ਨਹੀਂ ਨਹੀਂ ਇਹਨਾਂ ਨੋ ਵੇ ਜੀ, ਜਿਹੜੀ ਅਕਿਊਜ਼ਡ ਪਾਰਟੀ ਹੈ ਉਹਨਾਂ ਨੂੰ ਨੌਲੇਜ ਵੀ ਨਹੀਂ ਸੀਗੀ ਕਿ MLA ਸਾਹਿਬ ਉੱਥੇ ਹੈਗੇ ਆ, ਪਰ ਉਹਨਾਂ ਨੇ ਕੁਐਸਚਨ ਹੀ ਅਰਾਈਜ਼ ਨਹੀਂ ਹੁੰਦਾ। ਪਰ ਉਹਨਾਂ ਨੇ ਵੇਖਿਆ ਹੋਏਗਾ ਨਾ, ਕਿਉਂਕਿ ਜਦੋਂ ਕੋਈ ਆਇਆ ਹੋਏਗਾ ਮੁਲਜ਼ਮ ਆਏ ਹੋਣਗੇ, ਉਹਨਾਂ ਨੇ ਵਿਧਾਇਕ ਨੂੰ ਵੇਖਿਆ ਹੋਏਗਾ? ਨਹੀਂ ਨਹੀਂ ਜੀ, ਮੈਂ ਉਹੀ ਤੁਹਾਨੂੰ ਦੱਸ ਦਿੰਦਾ, ਇਹ ਜਿਹੜੀ ਚੀਜ਼ ਹੋਈ ਹੈ ਜੀ, ਇਹ ਜਿਹੜੀਆਂ ਦੋਵਾਂ ਧਿਰਾਂ ਦੀ ਆਪਸ ਦੇ ਵਿੱਚ ਆਲਟਰਕੇਸ਼ਨ ਹੋਈ ਹੈ ਜੀ, ਜੀ ਇਹ ਬਹੁਤ ਮਤਲਬ ਇੰਸੀਡੈਂਟ ਜਿਹੜਾ ਹੈਗਾ ਬਹੁਤ ਸ਼ੋਰਟ ਫਰੇਮ ਆਫ ਟਾਈਮ ਦੇ ਵਿੱਚ ਹੋਇਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ MLA ਸਾਹਿਬ ਦੀ ਮੌਜੂਦਗੀ ਦਾ, ਉਹ ਸਾਈਡ ਤੇ ਹੀ ਸੀਗੇ ਜੀ। ਅਗਲੀ ਕੀ ਕਾਰਵਾਈ ਤੁਸੀਂ ਅਮਲ ਦੇ ਵਿੱਚ ਲਿਆ ਰਹੇ ਹੋ ਤੇ ਖਾਸ ਤੌਰ ਦੇ ਉੱਤੇ ਹੁਣ ਤੱਕ ਕਿੰਨਿਆਂ ਨੂੰ ਤੁਸੀਂ ਗ੍ਰਿਫਤਾਰ ਕੀਤਾ? ਹਾਂਜੀ, ਇਹ ਜਿਹੜੇ ਟੋਟਲ ਹੈਗੇ ਆ ਇਹਨਾਂ ਦੇ ਵੱਲੋਂ ਕੰਪਲੇਂਟ ਵਿੱਚ ਲਿਖਾਇਆ ਗਿਆ ਜੀ, 4 ਬੰਦੇ ਇਹਦੇ ਵਿੱਚ ਇਨਵੋਲਵਡ ਸੀਗੇ, ਜਿਨ੍ਹਾਂ ਨੂੰ ਅਸੀਂ 2 ਬੰਦੇ ਜਿਹੜੇ ਹੈਗੇ ਆ ਉਹ ਅਰੈਸਟ ਕਰ ਲਏ ਹੈਗੇ ਤੇ ਉਹਨਾਂ ਦੇ FIR ਵੀ ਦਰਜ ਅਸੀਂ ਕਰ ਲਈ ਹੈ ਤੇ ਜਿਹੜੇ ਵੈਪਨ ਇਹਨਾਂ ਨੇ ਯੂਜ਼ ਕੀਤਾ ਸੀਗਾ ਫਾਇਰ ਕੱਢਣ ਵਾਸਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਜੀ। ਜੀ, ਤਾਂ ਬਹੁਤ ਬਹੁਤ ਧੰਨਵਾਦ ਹਰਸ਼ਪ੍ਰੀਤ ਸਿੰਘ ਜੀ ਤਮਾਮ ਜਾਣਕਾਰੀ ਦੇ ਲਈ। ਤਾਂ DSP ਹਰਸ਼ਪ੍ਰੀਤ ਸਿੰਘ ਫੋਨ ਲਾਈਨ ਦੇ ਉੱਤੇ ਜੁੜੇ ਸਨ, ਜਿਨ੍ਹਾਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਵਿਧਾਇਕ ਜਗਸੀਰ ਸਿੰਘ ਨੂੰ ਦੇ ਉੱਤੇ ਕੋਈ ਵੀ ਤਰੀਕੇ ਦੇ ਨਾਲ ਜਿਹੜਾ ਹਮਲਾ ਹੈ ਉਹ ਨਹੀਂ ਕੀਤਾ ਗਿਆ, ਉਹਨਾਂ ਨੂੰ ਟਾਰਗੇਟ ਨਹੀਂ ਕੀਤਾ ਗਿਆ ਅਤੇ ਨਾ ਹੀ ਮੁਲਜ਼ਮਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਸੀ ਕਿ ਵਿਧਾਇਕ ਮੌਕੇ ਦੇ ਉੱਤੇ ਮੌਜੂਦ ਹੈ। ਤਾਂ 2 ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਤਾਂ ਇਹ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।
ਜਿੱਥੇ ਗੋਲੀ ਚੱਲੀ ਹੈ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਡੀ ਐਸ ਪੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਤੁਸੀਂ ਨਿਸ਼ਾਨ ਵੇਖ ਪਾ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਟਾਰਗੇਟ ਕਰਕੇ ਗੋਲੀ ਚਲਾਈ ਗਈ ਹੈ ਪਰ ਇਹ ਟਾਰਗੇਟ ਵਿਧਾਇਕ ਜਗਸੀਰ ਸਿੰਘ ਨੂੰ ਨਹੀਂ ਕੀਤਾ ਗਿਆ ਅਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਵਿਧਾਇਕ ਦੀ ਸ਼ਮੂਲੀਅਤ ਜਾਂ ਵਿਧਾਇਕ ਦੇ ਆਉਣ ਸੰਬੰਧੀ ਕੋਈ ਵੀ ਜਾਣਕਾਰੀ ਮੁਲਜ਼ਮਾਂ ਨੂੰ ਨਹੀਂ ਸੀ ਤਾਂ ਗੋਲੀ ਦਾ ਨਿਸ਼ਾਨ ਜਿਹੜਾ ਉਹ ਇਸ ਦੀਵਾਰ ਦੇ ਉੱਤੇ ਨਜ਼ਰ ਆ ਰਿਹਾ ਹੈ ਤਾਂ ਮੁਲਜ਼ਮਾਂ ਦੇ ਵੱਲੋਂ ਫਾਇਰ ਕੀਤਾ ਗਿਆ ਥਾਣੇ ਦੇ ਬਾਹਰ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਹੈ ਉਹ ਆਰੰਭੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਤਾਂ ਦੋ ਧਿਰਾਂ ਦੇ ਵਿਚਾਲੇ ਤਕਰਾਰ ਦਾ ਇਹ ਮਾਮਲਾ ਜਿਸ ਦੇ ਵਿੱਚ ਇਹ ਫਾਇਰ ਜਿਹੜਾ ਉਹ ਕੀਤਾ ਗਿਆ ਹਾਲਾਂਕਿ ਕਿਸ ਨੂੰ ਟਾਰਗੇਟ ਕਰਕੇ ਫਾਇਰ ਕੀਤਾ ਗਿਆ ਇਹ ਜਿਹੜਾ ਜਾਂਚ ਦਾ ਵਿਸ਼ੇ ਹੈ ਪਰ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਵਿਧਾਇਕ ਜਗਸੀਰ ਸਿੰਘ ਨੂੰ ਟਾਰਗੇਟ ਨਹੀਂ ਕੀਤਾ ਗਿਆ ਉਹਨਾਂ ਦੇ ਉੱਤੇ ਹਮਲਾ ਨਹੀਂ ਕੀਤਾ ਗਿਆ ਤਾਂ ਵਿਧਾਇਕ ਦੀ ਮੌਜੂਦਗੀ ਦੇ ਵਿੱਚ ਗੋਲੀ ਚੱਲੀ ਹੈ ਪਰ ਵਿਧਾਇਕ ਨੂੰ ਟਾਰਗੇਟ ਨਹੀਂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਤਫਤੀਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਵੀਡੀਓ ਐਵੀਡੈਂਸ ਵੀ ਖੰਗਾਲੇ ਜਾ ਰਹੇ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਣੀ ਹੈ ਤਾਂ ਖਾਸ ਤੌਰ ਦੇ ਉੱਤੇ ਵਿਧਾਇਕ ਜਗਸੀਰ ਸਿੰਘ ਦੇ ਪੀਏ ਦੇ ਵੱਲੋਂ ਜੋ ਦਾਅਵੇ ਕੀਤੇ ਗਏ ਨੇ ਕਿ ਫੋਰਚੂਨਰ ਗੱਡੀ ਦੇ ਉੱਤੇ ਸਵਾਰ ਹੋ ਕੇ ਮੁਲਜ਼ਮ ਆਏ ਜਿਨ੍ਹਾਂ ਦੇ ਵੱਲੋਂ 3 ਰਾਊਂਡ ਫਾਇਰ ਕੀਤੇ ਗਏ ਨੇ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਮੁਨੀਸ਼ ਗਰਗ ਜੁੜੇ ਹੋਏ ਨੇ ਤਾਂ ਮੁਨੀਸ਼ ਜਿਸ ਤਰੀਕੇ ਦੇ ਨਾਲ ਪੁਲਿਸ ਦਾ ਪ੍ਰਤੀਕਰਮ ਅਸੀਂ ਵੇਖ ਰਹੇ ਹਾਂ ਪੁਲਿਸ ਸਾਫ਼ ਕਹਿ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਵਿਧਾਇਕ ਜਗਸੀਰ ਸਿੰਘ ਨੂੰ ਟਾਰਗੇਟ ਨਹੀਂ ਕੀਤਾ ਗਿਆ ਮੁਲਜ਼ਮਾਂ ਨੂੰ ਇਸ ਸੰਬੰਧੀ ਪਤਾ ਵੀ ਨਹੀਂ ਸੀ ਕਿ ਵਿਧਾਇਕ ਉੱਥੇ ਮੌਜੂਦ ਨੇ ਤਾਂ ਦੂਜੇ ਪਾਸੇ ਵਿਧਾਇਕ ਦੇ ਪੀਏ ਦਾ ਜ਼ਿਕਰ ਹੈ ਕਿ ਜਿਹੜੀ 3 ਰਾਊਂਡ ਫਾਇਰ ਮੁਲਜ਼ਮਾਂ ਦੇ ਵੱਲੋਂ ਕੀਤੇ ਗਏ ਨੇ ਜੀ ਮਨੀਸ਼ ਬਿਲਕੁਲ ਦੇਖੋ ਇਹ ਮਾਮਲਾ ਇਹ ਰਾਤ ਦਾ ਹੈਗਾ ਰਾਤ ਦੋ ਧਿਰਾਂ ਵਿੱਚ ਤਕਰਾਰ ਹੁੰਦੀ ਹੈ ਟਰੱਕ ਜੁੜੀ ਹੁੰਦੀ ਹੈ ਦੋ ਧਿਰਾਂ ਨੇ ਇੱਕ ਧਿਰ ਵੱਲੋਂ ਦੂਜੀ ਧਿਰ ਨਾਲ ਗਾਲੀ ਗਲੋਚ ਕੀਤਾ ਜਾਂਦਾ ਤਾਂ ਗਾਲੀ ਗਲੋਚ ਕਰਨ ਤੋਂ ਬਾਅਦ ਜਿਸ ਧਿਰ ਨਾਲ ਗਾਲੀ ਗਲੋਚ ਹੁੰਦਾ ਉਹ ਧਿਰ ਕਾਰਵਾਈ ਦੀ ਮੰਗ ਕਰਦੀ ਹੈ ਤੇ ਥਾਣਾ ਅੱਗੇ ਤੱਕ ਲਗਾਉਂਦੀ ਹੈ ਕੁੱਚੋ ਮੰਡੀ ਵਿਖੇ ਇਸ ਮਾਮਲੇ ਵਿੱਚ ਹਲਕੇ ਨੇ ਵਿਧਾਇਕ ਨੇ ਜਿਹੜੇ ਉਹ ਵੀ ਉੱਥੇ ਪਹੁੰਚਦੇ ਨੇ ਇਸੇ ਦੌਰਾਨ ਕੁਛ ਲੋਕ ਫੋਰਚੂਨਰ ਗੱਡੀ ਤੇ ਆਉਂਦੇ ਨੇ ਜਿਨ੍ਹਾਂ ਨੇ ਆ ਕੇ 3 ਰਾਊਂਡ ਫਾਇਰ ਕੀਤੇ ਨੇ ਬੇਸ਼ੱਕ ਫਾਇਰ ਕਿਸੇ ਦਾ ਨਹੀਂ ਲੱਗਿਆ ਪਰ ਹਵਾਈ ਫਾਇਰ ਹੋਏ ਨੇ MLA ਦੀ ਮੌਜੂਦਗੀ ਦੇ ਵਿੱਚ ਹੋਏ ਨੇ ਜਦੋਂ ਕਿ ਪੁਲਿਸ ਦਾ ਕਹਿਣਾ ਕਿ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਕਾਬੂ ਕਰ ਲਿਆ ਤੇ ਉਹ ਹਮਲਾਵਰਾਂ ਨੂੰ ਇਹ ਵੀ ਕਨਫਰਮ ਨਹੀਂ ਸੀ ਕਿ ਵਿਧਾਇਕ ਨੇ ਜਿਹੜੇ ਉੱਥੇ ਮੌਜੂਦ ਨੇ ਉਹ ਦੂਜੀ ਧਿਰ ਨੂੰ ਡਰਾਉਣ ਲਈ ਫਾਇਰ ਕਰਨਾ ਜਿਹੜਾ ਉੱਥੇ ਪੁੱਜੇ ਹੋਏ ਸਨ ਜੀ ਪਰ ਜਿਸ ਤਰੀਕੇ ਦੇ ਨਾਲ ਮਨੀਸ਼ ਇਹ ਦੀਵਾਰ ਦੇ ਉੱਤੇ ਗੋਲੀ ਦੇ ਨਿਸ਼ਾਨ ਅਸੀਂ ਵੇਖ ਪਾ ਰਹੇ ਹਾਂ ਤਾਂ ਜ਼ਾਹਰ ਤੌਰ ਦੇ ਉੱਤੇ ਇਹ ਨਹੀਂ ਲੱਗਦਾ ਕਿ ਹਵਾਈ ਫਾਇਰ ਕੀਤੇ ਹੋਣਗੇ ਟਾਰਗੇਟ ਕਰਕੇ ਇਹ ਜਿਹੜਾ ਫਾਇਰ ਹੈ ਉਹ ਲਾਜ਼ਮੀ ਤੌਰ ਦੇ ਉੱਤੇ ਕੱਢਿਆ ਗਿਆ ਬਿਲਕੁਲ ਦੇਖੋ ਜਿਸ ਤਰ੍ਹਾਂ ਫਾਇਰ ਕੀਤੇ ਆ ਤਾਂ ਲੱਗਦਾ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਸੀ ਉਹਨਾਂ ਦੀ ਜਾਂ ਮਾਰਨ ਦੀ ਨੀਅਤ ਸੀ ਪਰ ਪੂਰਾ ਮਾਮਲਾ ਜਿਹੜਾ ਹੁਣ ਜਾਂਚ ਦੇ ਅਧੀਨ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਹੀ ਕਲੀਅਰ ਹੋਵੇਗਾ ਕਥਿਤ ਆਰੋਪੀਆਂ ਦੀ ਪੁੱਛਗਿੱਛ ਤੋਂ ਬਾਅਦ ਹੀ ਕਲੀਅਰ ਹੋਵੇਗਾ ਕਿ ਉਹਨਾਂ ਦਾ ਮਨਸਾ ਕੀ ਸੀ ਡਰਾਉਣਾ ਸੀ ਜਾਂ ਕਿਸੇ ਦੇ ਉੱਤੇ ਫਾਇਰ ਕਰਨਾ ਸੀ ਜੀ ਪਰ ਇਸ ਵਕਤ ਜਗਸੀਰ ਸਿੰਘ ਦਾ ਕੋਈ ਪ੍ਰਤੀਕਰਮ ਸਾਹਮਣੇ ਆ ਪਾਇਆ ਮਨੀਸ਼ ਕਿ ਉਹਨਾਂ ਦਾ ਕੀ ਪ੍ਰਤੀਕਰਮ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਪੀਏ ਦਾ ਜ਼ਿਕਰ ਕਰ ਰਹੇ ਹਾਂ ਕਿ ਉਹ ਹਸਪੀਟਲ ਦੇ ਵਿੱਚ ਦਾਖਲ ਨੇ ਜ਼ੇਰੇ ਇਲਾਜ ਨੇ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਬੇਸ਼ੱਕ ਕੋਈ ਅਜਿਹੀ ਗਲਤੀ ਨਹੀਂ ਹੋਈ ਜਿਸ ਤਰ੍ਹਾਂ ਫਾਇਰ ਹੋਇਆ ਫਾਇਰ ਤੋਂ ਬਾਅਦ ਵਿਧਾਇਕ ਘਬਰਾਏ ਹੋਏ ਨੇ ਘਬਰਾਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਾਇਆ ਜੀ ਅਜੇ ਤੱਕ ਉਹਨਾਂ ਦਾ ਕੋਈ ਵੀ ਬਿਆਨ ਆ ਜਿਹੜਾ ਨਹੀਂ ਸਾਹਮਣੇ ਆਇਆ ਕਿਉਂਕਿ ਘਬਰਾਹਟ ਹੋਣ ਕਰਕੇ ਉਹਨਾਂ ਨੂੰ ਕੁਛ ਘਬਰਾਹਟ ਹੋ ਗਈ ਉੱਥੇ ਫਾਇਰ ਹੋਣ ਤੋਂ ਬਾਅਦ ਕਿਉਂਕਿ ਜ਼ਾਹਿਰ ਜੀ ਗੱਲ ਹੈ ਜੇਕਰ ਫਾਇਰ ਹੁੰਦੇ ਨੇ ਤਾਂ ਆਦਮੀ ਕਿਤੇ ਨਾ ਕਿਤੇ ਘਬਰਾ ਜਾਂਦਾ ਉਸ ਤੋਂ ਬਾਅਦ ਵਿਧਾਇਕ ਜਿਹੜੇ ਘਬਰਾਏ ਹੋਏ ਨਜ਼ਰ ਆਏ ਤੇ ਜਿਸ ਕਰਕੇ ਉਹਨਾਂ ਨੂੰ
ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਉਣਾ ਪਿਆ ਜੀ। ਜੀ ਬਹੁਤ ਬਹੁਤ ਧੰਨਵਾਦ ਮਨੀਸ਼ ਤਮਾਮ ਜਾਣਕਾਰੀ ਦੇ ਲਈ। ਤਾਂ ਵਿਧਾਇਕ ਦੀ ਮੌਜੂਦਗੀ ਦੇ ਵਿੱਚ ਇਹ ਹਮਲਾ ਹੋਇਆ, ਪਰ ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੂੰ ਵਿਧਾਇਕ ਦੀ ਮੌਜੂਦਗੀ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ। ਪਰ ਆਹ ਤਸਵੀਰ ਤੁਹਾਨੂੰ ਐਕਸਕਲੂਸਿਵ ਤਸਵੀਰ ਅਸੀਂ PTC ਨਿਊਜ਼ ਤੇ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਫਾਇਰ ਜਿਹੜਾ ਉਹ ਕੱਢਿਆ ਗਿਆ, ਤਾਂ ਦੀਵਾਰ ਦੇ ਵਿੱਚ ਗੋਲੀ ਦਾ ਨਿਸ਼ਾਨ ਵੀ ਵੇਖਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਕੱਲ ਰਾਤ ਦੀ ਗੱਲ ਹੈ ਕਿ ਇਹ ਦੋ ਜਣੇ ਦੋਸ਼ੀ ਆਏ ਔਰ ਉਹਨਾਂ ਕੋਲ ਨੰਗੀ ਪਿਸਤੌਲ ਸੀਗੀ ਤੇ ਚੌਂਕ 'ਚ ਖੜ ਕੇ ਗਾਲਾਂ ਕੱਢ ਰਹੇ ਸੀ ਦੋ ਤਿੰਨ ਵਿਅਕਤੀਆਂ ਦਾ ਨਾਂ ਲੈ ਕੇ। ਮੈਂ ਉੱਥੇ ਪਹੁੰਚਿਆ, ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਗਾਲਾਂ ਨਾ ਕੱਢੋ ਕਿਉਂਕਿ ਇਹ ਚੌਂਕ ਹੈ, ਮੰਡੀ ਦਾ ਹਰ ਸਰਮਾਏਦਾਰ ਵਿਅਕਤੀ ਇੱਥੇ ਬੈਠਾ ਅਤੇ ਤੁਸੀਂ ਧੀਆਂ ਭੈਣਾਂ ਵੀ ਸਭ ਦੀਆਂ ਸਾਂਝੀਆਂ, ਤੁਸੀਂ ਗਾਲਾਂ ਗੰਦੀਆਂ ਨਾ ਕੱਢੋ। ਜੇ ਕੋਈ ਤੁਹਾਡਾ ਮਸਲਾ ਹੈ ਤਾਂ ਉਹ ਬੈਠ ਕੇ ਹੱਲ ਹੋਜੂਗਾ, ਤੁਸੀਂ ਆਪਣੇ ਆਪਣੇ ਘਰੇ ਚਲੇ ਜਾਓ। ਵਾਰ ਵਾਰ ਬੇਨਤੀ ਕਰਨ 'ਤੇ ਵੀ ਪਰ ਉਹ ਆਪਦੀ ਜਿੱਦ 'ਤੇ ਅੜੇ ਰਹੇ, ਉਹ ਬੋਲੀ ਗਏ ਪੁਲਿਸ ਪ੍ਰਸ਼ਾਸਨ ਦੀ ਅਸੀਂ ਮਦਦ ਲੈਣੀ ਚਾਹੀ, ਤਾਂ ਉਹਨਾਂ ਨੇ ਪੁਲਿਸ ਨੂੰ ਵੀ ਵਰਜਿਆ ਵੀ ਅਸੀਂ ਖਾਕੀ ਵਰਦੀ ਤੋਂ ਕਦੇ ਨਹੀਂ ਡਰਦੇ। ਇੰਨੇ ਉਹਨਾਂ ਦੇ ਹੌਸਲੇ ਉਹ ਸੀਗੇ ਅਤੇ ਉਹਨਾਂ ਨੇ ਪੁਲਿਸ ਦੇ ਬੰਦੇ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਆਪਦੀ ਗੱਲ 'ਤੇ ਅੜੇ ਰਹੇ। ਰਾਤ ਫਿਰ ਉਹ ਕੁਛ ਦੇਰ ਬਾਅਦ ਚਲੇ ਗਏ, ਫਿਰ ਉਸ ਤੋਂ ਬਾਅਦ SHO ਸਾਹਿਬ ਨਥਾਣਾ ਉਹ ਪਹੁੰਚੇ। ਜਦੋਂ ਸਾਡੇ ਮੰਡੀ ਡਮਾਸੀ ਹੋਰਾਂ ਦਾ ਉੱਥੇ ਇਕੱਠ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸਵੇਰੇ ਕਾਰਵਾਈ ਕਰਾਂਗੇ, ਹੁਣ ਤੁਸੀਂ ਘਰੇ ਘਰੇ ਚਲੇ ਜਾਓ। ਉੱਥੇ ਦਰਖਾਸਤ ਦਿੱਤੀ ਗਈ, ਦਰਖਾਸਤ ਦੀ ਕਾਰਵਾਈ ਸੁਬਹਾ ਜਦੋਂ ਇਹਨਾਂ ਨੂੰ ਚੱਕਣ ਗਈ ਪੁਲਿਸ ਤਾਂ ਇਹਨਾਂ ਪੁਲਿਸ ਨੇ ਤਾਂ ਸਾਨੂੰ ਕਿਹਾ ਵੀ ਉਹਦਾ ਫੋਨ ਬੰਦ ਆਈ ਜਾਂਦਾ, ਪਰ ਉਹਦਾ ਫੋਨ ਆਉਣ ਸੀਗਾ। ਫੋਨ ਆਉਣ ਕਰਕੇ ਉਹਨੇ ਸਾਨੂੰ ਕਿਹਾ ਕਿ ਮੈਂ ਆਉਣਾ, ਤੁਸੀਂ ਦੱਸੋ ਕਿੱਥੇ ਬੈਠੇ ਹੋ। ਅਸੀਂ ਇੱਥੇ ਟਰੱਕ ਯੂਨੀਅਨ ਦੇ ਸਾਡੇ ਕੁਛ ਸਾਥੀ ਸੀਗੇ, ਕੁਛ ਮੰਡੀ ਨਿਵਾਸੀ ਸੀਗੇ, ਘੱਟੋ ਘੱਟ ਮਿਲਾ ਕੇ 100-150 ਲੋਕ ਅਸੀਂ ਦਰਿਆ ਵਿਛਾ ਕੇ ਬੈਠੇ ਸੀ ਵੀ ਤੁਸੀਂ ਦੋਸ਼ੀਆਂ ਨੂੰ ਜਲਦ ਫੜੋ, ਕਿਉਂਕਿ ਕੱਲ੍ਹ ਵੀ ਕਹਿ ਕੇ ਗਏ, ਅੱਜ ਵੀ ਉਹ ਫੋਨ 'ਤੇ ਧਮਕੀਆਂ ਦੇਈ ਜਾਂਦੇ ਆ। ਔਰ ਉਹਨਾਂ ਨੇ ਜਦੋਂ ਇੰਨੀ ਗੱਲ ਕਰਦੇ ਕਰਦੇ ਇੱਧਰੋਂ ਇੱਕ ਫਾਰਚੂਨਰ ਗੱਡੀ ਆਈ ਜਿਹਦੇ 'ਚ ਰਾਤ ਵਾਲੇ ਉਹ ਦੋ ਦੋਸ਼ੀ ਅਤੇ ਇੱਕ ਦੋ ਉਹਨਾਂ ਦੇ ਨਾਲ ਹੋਰ ਅਣਪਛਾਤੇ ਵਿਅਕਤੀ ਸੀ। ਉਹਨਾਂ ਨੇ ਉੱਤਰ ਕੇ ਪਹਿਲਾਂ ਤਾਂ ਗੱਡੀ ਉੱਤੇ ਚੜ੍ਹਾ ਦੇਣੀ ਸੀ, ਹਾਰਨ ਦੱਬ ਕੇ ਪੂਰੀ ਸਪੀਡ 'ਤੇ ਜਮ੍ਹਾਂ ਧਰਨੇ ਦੇ ਕੋਲ ਗੱਡੀ ਰੋਕੀ, ਭੱਜ ਕੇ ਜਾਣ ਬਚਾਈ ਸਾਹਮਣੇ, ਅਤੇ ਉਹਨਾਂ ਨੇ ਨਾਲ ਦੇ ਹਵਾਈ ਫਾਇਰਿੰਗ ਕਰਤੀ। ਹਵਾਈ ਫਾਇਰਿੰਗ ਕਰਕੇ ਅਤੇ ਪਿਸਟਲ ਲੈ ਕੇ ਆਪਦਾ ਅਤੇ ਚੌਂਕੀ ਦੇ ਅੰਦਰ ਵੜ ਗਏ। ਅਤੇ ਮੈਂ ਜਿਹੜੀ ਵੀਡੀਓ ਹੈਗੀ ਹੈ, ਜਿਹੜਾ ਇੰਸੀਡੈਂਟ ਅੱਜ ਸਵੇਰੇ ਭੁੱਚੋ ਮੰਡੀ ਦੇ ਵਿੱਚ ਹੋਇਆ, ਉਹਦੀ ਕਲੈਰੀਫਿਕੇਸ਼ਨ ਵਾਸਤੇ ਬਣਾਈ ਜਾ ਰਹੀ ਹੈ ਜੀ। ਅੱਜ ਹੋਇਆ ਇਹ ਹੈ ਕਿ ਜਿਹੜੇ ਅਕਿਊਜ਼ਡ ਹੈਗੇ ਨੇ ਚਾਰ, ਅਤੇ ਇਹਨਾਂ ਦੀ ਜਿਹੜੀ ਮੰਡੀ ਦੇ ਲੋਕ ਹੈਗੇ ਆ ਉਹਨਾਂ ਦੀ ਆਪਸ 'ਚ ਕੋਈ ਤਕਰਾਰਬਾਜ਼ੀ ਸੀਗੀ, ਪ੍ਰੋਬਲਮ ਸੀਗੀ, ਜੋ ਇਹਨਾਂ ਨੇ ਆਪਸ ਦੇ ਵਿੱਚ ਇਹਨਾਂ ਦੀ ਕੱਲ੍ਹ ਰਾਤ ਨੂੰ ਕੋਈ ਕਾਸ ਹੋਣੀ ਹੋਈ ਸੀਗੀ। ਉਸ ਸੰਬੰਧ ਵਿੱਚ ਜਿਹੜੇ ਮੰਡੀ ਵਾਸੀ ਹੈਗੇ ਆ ਉਹ ਆਪਣੀ ਜਿਹੜੀ ਹੈ ਵਰਜਨ ਹੈਗੀ ਹੈ, ਕੰਪਲੇਂਟ ਹੈਗੀ ਹੈ, ਉਹ ਚੌਂਕੀ ਦਿਖਾਉਣ ਆਏ ਸੀਗੇ। ਜੋ ਇਹ ਅਕਿਊਜ਼ਡ ਹੈਗੇ ਨੇ ਇਹ ਉਹਨਾਂ ਦੀ ਆਪਸ ਲਾਗਤਬਾਜ਼ੀ ਕਾਰਨ ਉਹ ਇੱਥੇ ਇਹਨਾਂ ਦੇ ਨਾਲ ਲੜਾਈ ਝਗੜਾ ਕਰਨ ਦੀ ਨੀਤ ਦੇ ਨਾਲ ਆਏ ਸੀਗੇ। ਜੋ ਇਹ ਵਰਜਨ ਚੱਲ ਰਿਹਾ ਹੈਗਾ ਵੀ ਇਹਨਾਂ ਨੇ MLA ਸਾਹਿਬ 'ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਫਾਲਸ ਹੈ। ਅਸਲੀਅਤ ਇਹ ਹੈ ਕਿ MLA ਸਾਹਿਬ ਮੰਡੀ ਵਾਸੀਆਂ ਦੀ ਗੱਲ ਸੁਣਨ ਵਾਸਤੇ ਆਏ ਸੀਗੇ। ਜੋ ਉਹਨਾਂ ਦੀ ਪ੍ਰੈਜੈਂਟਸ ਦੇ ਵਿੱਚ ਜਿਹੜੇ ਅਕਿਊਜ਼ ਹੈਗੇ ਆ ਜਗਜੀਤ ਸਿੰਘ, ਸੇਵਕ ਸਿੰਘ, ਗੁਰਦਾਸ ਸਿੰਘ, ਅਤੇ ਇਹਨਾਂ ਨੇ ਜਿਹੜਾ ਹੈਗਾ ਇਹ ਆ ਕੇ ਲੜਾਈ ਝਗੜਾ ਕੀਤਾ ਹੈਗਾ, ਅਤੇ ਜਗਜੀਤ ਸਿੰਘ ਨੇ ਜਿਹੜਾ ਆਪਣਾ ਲਾਈਸੈਂਸੀ ਰਿਵੋਲਵਰ ਹੈਗਾ ਉਹਦੇ ਨਾਲ ਫਾਇਰ ਵੀ ਓਪਨ ਕੀਤਾ ਹੈ। ਜੋ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ, FIR ਰਜਿਸਟਰ ਕਰ ਰਹੇ ਹਾਂ, ਅਤੇ ਇਹ ਕਲੈਰੀਫਾਈ ਅਸੀਂ ਕਰਨਾ ਚਾਹੁੰਦੇ ਹਾਂ ਕਿ MLA ਸਾਹਿਬ ਦਾ ਕੋਈ ਇਹਦੇ 'ਚ ਇਨਵੋਲਵਮੈਂਟ ਨਹੀਂ ਸੀ, ਨਾ ਕੋਈ ਉਹਨਾਂ 'ਤੇ ਅਟੈਕ ਕੀਤਾ ਗਿਆ ਹੈਗਾ। ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ, ਤੁਸੀਂ ਦੇਖਦੇ ਰਹੋ PTC ਨਿਊਜ਼।